अगले स्टॉल ते आपां पहुंचे हां अंबरसरी पापड़ियां मसाले। मेला जागदे जुगनूआं दे विच इन्हां ने स्टॉल लगाया होया ते आपां मैडम जी नाल गलबात करदे हां। सत श्री अकाल मैडम, नाम दस दो जी अपना। मेरा मधु ग्रेवाल जी। हाँ जी मैम। मैम सानू माड़ा जिहा इन्हां दे मसालियां बारे जानकारी देवोगे तुसीं? मसाले ਆਲਮੋਸਟ ਸਾਰੇ ਪਏ ਹੁੰਦੇ ਆ। ਸਪੈਸ਼ਲ ਪਰਾਂਠਾ ਮਸਾਲਾ ਹੈ। ਹਾਂਜੀ, ਜਿਵੇਂ ਸਿੰਪਲ ਮਸਾਲਾ ਹੀ ਬੱਚੇ ਨਖਰੇ ਮਾਰਦੇ ਰੋਟੀ ਖਾਣ ਨੂੰ। ਹਾਂਜੀ, ਮਾੜਾ ਜਿਹਾ ਉੱਪਰ ਪਾ ਕੇ ਤੇ ਉਹ ਪਰਾਂਠਾ ਬਹੁਤ ਵਧੀਆ ਹੋ ਜਾਂਦੇ ਆ। ਜਿਵੇਂ ਸਟਾਫ ਵੀ ਆਪਾਂ ਆਲੂ ਵਾਲੇ ਜਾਂ ਗੋਭੀ ਵਾਲੇ ਪਰਾਂਠੇ ਬਣਾਉਂਦੇ ਆ। ਹਾਂਜੀ ਹਾਂਜੀ, ਲੂਣ ਮਿਰਚ ਕੁਝ ਵੀ ਨਹੀਂ ਪਾਣਾ ਐਕਸਟਰਾ। ਠੀਕ ਹੈ ਜੀ। ਸਿਰਫ ਆਪਾਂ ਜਿਵੇਂ ਆਲੂ ਲੈ ਲਏ ਮੈਸ਼ ਕਰਕੇ ਜਾਂ ਗੋਭੀ ਲੈ ਲਈ, ਸਿਰਫ ਆ ਮਸਾਲਾ ਪਾਣਾ ਥੋੜਾ ਜਿਹਾ। ਠੀਕ ਹੈ ਜੀ, ਪਰਾਂਠੇ ਮਸਾਲੇ ਤਿਆਰ। ਹਾਂਜੀ ਮੈਡਮ, ਮਾੜਾ ਜਿਹਾ ਦਰਸ਼ਕਾਂ ਨੂੰ ਆਪਣਾ ਅੰਮ੍ਰਿਤਸਰੀ ਪਾਪੜ ਜਿਹੜੇ ਉਹ ਦਿਖਾਓਗੇ? ਹਾਂਜੀ ਹਾਂਜੀ, ਆ ਪਾਪੜ ਦੀ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈ। ਹਾਂਜੀ, ਇਹਦੇ ਵਿੱਚ ਇੱਕ ਹਿੰਗ ਵਾਲੇ ਪਾਪੜ ਹੋ ਗਏ, ਦੇਖ ਸਕਦੇ ਹੋ ਦੋਸਤੋ ਤੁਸੀਂ। ਹਾਂਜੀ, ਲਸਣ ਵਾਲੇ ਪਾਪੜ ਹੋ ਗਏ। ਠੀਕ ਹੈ ਜੀ। ਸਪੈਸ਼ਲੀ ਅਸੀਂ ਛੋਲਿਆਂ ਦੀ ਦਾਲ ਵਾਲੇ ਤਿਆਰ ਕਰਦੇ ਆ। ਅੱਛਾ ਜੀ। ਚਨਾ ਮੇਥੀ ਮਸਾਲਾ ਹੋ ਗਿਆ, ਚਨਾ ਮਸਾਲਾ ਹੋ ਗਿਆ। ਹਾਂਜੀ, ਪਾਪੜ ਵੜੀਆਂ ਦੇ ਵਿੱਚ ਵੀ ਜਿਵੇਂ ਕਈ ਲੋਕ ਬਹੁਤ ਤਿੱਖਾ ਪਸੰਦ ਕਰਦੇ ਨੇ। ਹਾਂਜੀ ਹਾਂਜੀ, ਤਾਂ ਉਹਨਾਂ ਲਈ ਇੱਕ ਅਲੱਗ ਤਿੱਖੇ ਮਤਲਬ ਹੈਗੇ ਆ। ਹਾਂਜੀ, ਤੇ ਮਾਂ ਦੀ ਦਾਲ ਦੀ ਵੜੀਆਂ ਵੀ ਹੈ, ਮੂੰਗੀ ਦੀਆਂ ਵੀ ਨੇ। ਠੀਕ ਹੈ ਜੀ। ਪਰ ਇੰਨਾ ਗਰੰਟੀ ਹੈ ਵੀ ਬਠਿੰਡੇ ਵਾਲੇ ਪਾਪੜ ਵੜੀਆਂ ਬਠਿੰਡੇ ਵਾਲੀਆਂ ਭੁੱਲ ਜਾਣਗੇ ਤੇ ਅੰਮ੍ਰਿਤਸਰੀਆਂ ਲੱਭਣਗੇ। ਅੰਮ੍ਰਿਤਸਰੀਆਂ ਲੱਭਣਗੇ। ਠੀਕ ਹੈ ਜੀ, ਤੇ ਹੋਰ ਅਗਲੀਆਂ ਵੈਰਾਈਟੀਆਂ ਜਿਹੜੀਆਂ ਜੀ, ਕੜੀ ਮਸਾਲਾ। ਜਿਵੇਂ ਕੜੀ ਮਸਾਲਾ ਹੈ। ਹਾਂਜੀ, ਇਹਦੇ ਵਿੱਚ ਵੀ ਉਵੇਂ ਹੀ ਆ, ਸਿਰਫ ਤੁਸੀਂ ਜਿਵੇਂ ਦਹੀਂ ਦੇ ਵਿੱਚ ਆਪਾਂ ਲੱਸੀ ਦੇ ਵਿੱਚ ਬੇਸਨ ਘੋਲਦੇ ਆ। ਹਾਂਜੀ, ਤੇ ਨਾਲ ਕੁਝ ਵੀ ਨਹੀਂ, ਹਲਦੀ ਵੀ ਨਹੀਂ ਪਾਉਣੀ ਕੜੀ 'ਚ। ਸਾਰੇ ਮਤਲਬ ਮਸਾਲੇ ਤੁਹਾਡੇ ਪ੍ਰੋਪਰ ਬਣਾਏ ਹੋਏ ਨੇ? ਪ੍ਰੋਪਰ, ਬਸ ਤੁਸੀਂ ਥੋੜਾ ਜਿਹਾ ਪਿਆਜ਼ ਤੇ ਅਦਰਕ ਭੁੰਨ ਕੇ ਪਾਉਣਾ ਹੈ। ਆ ਮਸਾਲਾ ਪਾਉਣਾ ਹੈ, ਉਹ ਕੜੀ ਆਪਾਂ ਬੇਸਨ ਘੋਲ ਕੇ ਜਾਂ ਲੱਸੀ ਲੁੱਸੀ ਜਾਂ ਦਹੀਂ ਪਾਉਂਦੇ ਆ, ਉਵੇਂ ਪਾ ਕੇ ਕੜੀ ਤਿਆਰ ਹੈ। ਠੀਕ ਹੈ ਜੀ, ਤੇ ਅਗਲਾ ਜਿਹਾ ਦਾਲ ਮਸਾਲਾ ਹੈ। ਇਹ ਵੀ ਸੇਮ ਹੀ ਪ੍ਰੋਸੈਸ ਹੈ। ਹਾਂਜੀ, ਸਾਡੇ ਮਸਾਲੇ 'ਚ ਕਿਸੇ ਦੇ ਵਿੱਚ ਵੀ ਨਾ ਐਕਸਟਰਾ ਨੂਨ ਮਿਰਚ ਕੁਝ ਵੀ ਪਾਉਣ ਦੀ ਲੋੜ ਨਹੀਂ ਹੈ। ਠੀਕ ਹੈ, ਇਹਦੇ ਉੱਪਰ ਸਾਡਾ ਪ੍ਰੋਪਰ ਮੈਂਸ਼ਨ ਕੀਤਾ ਹੋਇਆ ਕਿ ਕਿੰਨੇ ਕਿਲੋ ਦਾਲ ਜੇ ਆਪਾਂ ਬਣਾਉਂਦੇ ਹਾਂ ਤਾਂ ਉਹਦੇ 'ਚ ਕਿੰਨਾ ਮਸਾਲਾ ਪੈਂਦਾ ਹੈ। ਠੀਕ ਹੈ, ਤੁਸੀਂ ਦੇਖਦੇ ਹੋਵੋਗੇ ਪਰ ਪ੍ਰੋਪਰ ਰੈਸਪੀ ਦਿੱਤੀ ਹੈ। ਹਾਂਜੀ ਹਾਂਜੀ, ਤਾਂ ਉਹਦੇ ਹਿਸਾਬ ਨਾਲ ਹੋਏਗਾ। ਠੀਕ ਹੈ, ਜਿਵੇਂ ਭਰਵੇਂ ਮਸਾਲੇ, ਭਰਵੇਂ ਟਿੰਡੇ, ਤੋਰੀਆਂ ਜਾਂ ਭਿੰਡੀ ਬਣਾਉਂਦੇ ਆਪਾਂ। ਹਾਂਜੀ ਹਾਂਜੀ, ਪਿਆਜ਼ ਉਹਦਾ ਸਪੈਸ਼ਲ ਮਸਾਲਾ ਹੈ। ਠੀਕ ਹੈ, ਅੰਮ੍ਰਿਤਸਰੀ ਪਾਪੜ ਵੜੀਆਂ ਤੇ ਮਸਾਲੇ ਮੰਗਵਾਉਣੇ ਹੋਣ ਤਾਂ ਸਾਹਮਣੇ ਜਿਹੜਾ ਨੰਬਰ ਤੁਹਾਨੂੰ ਡਿਸਪਲੇ ਹੋ ਰਿਹਾ, ਇਸ 'ਤੇ ਤੁਸੀਂ ਸੰਪਰਕ ਕਰਕੇ ਜਿਹੜੇ ਮਸਾਲੇ ਵੜੀਆਂ ਤੁਸੀਂ ਅੰਮ੍ਰਿਤਸਰੀ ਮੰਗਵਾ ਸਕਦੇ ਹੋ। ਧੰਨਵਾਦ ਮੈਮ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ।